ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਮਾਲਵਾ ਫਾਰਮਿੰਗ ਇਨਫੋਰਮੇਸ਼ਨ ਚੈਨਲ ਤੇ ਅੱਜ ਆਪਾਂ ਗੱਲ ਕਰਦੇ ਆਂ ਮੌਸਮ ਤੇ ਝੋਨੇ ਦੇ ਟਿੱਡੇ ਬਾਰੇ ਤੇ ਹੋਰ ਇੱਕ ਦੋ ਗੱਲਾਂ ਸੋ ਅੱਜ ਆਪਣਾ ਵਿਸ਼ਾ ਇਹੀ ਹੋਊਗਾ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਕਿਉਂਕਿ ਕਿਸਾਨ ਵੀਰੋ ਸਬਸਕ੍ਰਾਈਬ ਕਰਨ ਨਾਲ ਤੁਹਾਡਾ ਵੀ ਕੋਈ ਪੈਸਾ ਨਹੀਂ ਖਰਚ ਹੋਣਾ ਤੇ ਸਾਨੂੰ ਵੀ ਕੁਝ ਨਹੀਂ ਮਿਲਦਾ ਹੁੰਦਾ ਇਹਦੇ ਨਾਲ ਕੀ ਹੁੰਦਾ ਸਬਸਕ੍ਰਾਈਬ ਕਰਨ ਦਾ ਆਪਾਂ ਪਹਿਲਾਂ ਥੋੜੀ ਗੱਲ ਕਰ ਲਈਏ ਇਹਦਾ ਫਾਇਦਾ ਕੀ ਹੁੰਦਾ ਜਿਹੜੀ ਵੀ ਅਸੀਂ ਵੀਡੀਓ ਪਾਉਣਾ ਜੇਕਰ ਸਬਸਕ੍ਰਾਈਬ ਕੀਤਾ ਤਾਂ ਜਦੋਂ ਵੀ ਤੁਸੀਂ ਆਪਣਾ ਫੋਨ ਦੇਖੋਗੇ ਤਾਂ ਤੁਹਾਡੇ ਫੋਨ ਦੇ ਉੱਤੇ ਜੇਕਰ YouTube ਖੋਲੋਗੇ ਤਾਂ ਉਹਦੇ ਉੱਤੇ ਵੀਡੀਓ ਤੁਹਾਨੂੰ ਸ਼ੋ ਕਰੂਗੀ ਜੋ ਤੁਸੀਂ ਦੇਖ ਸਕਦੇ ਜੇਕਰ ਨਾਲ ਦੀ ਨਾਲ ਘੰਟੀ ਵਾਲਾ ਬਟਨ ਦਬਾਉਣਾ ਆਪਾਂ ਕਿਉਂ ਕਹਿੰਦੇ ਹੁਣ ਕਿਉਂਕਿ ਜੇ ਜਦੋਂ ਵੀ ਘੰਟੀ ਵਾਲਾ ਬਟਨ ਆਪਾਂ ਦਬਿਆ ਹੋਊਗਾ ਨਾਲ ਮਤਲਬ ਪ੍ਰੈਸ ਕੀਤਾ ਹੁੰਦਾ ਜਿਹੜੀ ਬੈਲ ਜੀ ਛਾਪੀ ਹੁੰਦੀ ਹੈ ਤਾਂ ਉਹਦੇ ਨਾਲ ਆਪਾਂ ਨੂੰ ਮੈਸੇਜ ਵੀ ਆਉਂਦਾਗਾ ਜਦੋਂ ਵੀ ਵੀਡੀਓ ਅਪਲੋਡ ਹੁੰਦੀ ਹੈ ਤਾਂ ਮੈਸੇਜ ਆਉਂਦਾ ਸੋ ਇਸ ਚੀਜ਼ ਦਾ ਧਿਆਨ ਰੱਖਿਆ ਕਰੋ ਸੋ ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਜਿਵੇਂ ਕਿ ਹੁ ਲੇ 1-2 ਦਿਨਾਂ ਤੱਕ ਤਾਂ ਖਰਾਬ ਰਹਣ ਦਾ ਦਿਖਾ ਰਿਹਾ ਹੈਗਾ ਜਿਹੜਾ ਵੈਦਰ ਰਿਪੋਰਟ ਆ 1-2 ਦਿਨਾਂ ਤੱਕ ਤਾਂ ਖਰਾਬ ਰਹਣੀ ਹੈ ਪਰ ਪ੍ਰੋਬਲਮ ਕਿੱਥੇ ਆ ਬਹੁਤ ਸਾਰੇ ਕਿਸਾਨ ਵੀਰਾਂ ਦੇ ਜਿਹੜਾ ਹੌਪਰ ਦੇ ਅਟਾਇਆ ਘੋਨੇ ਦਾ ਟਿੱਡਾਗਾ ਪੂਰੀ ਪੇਠ ਵਾਲਾ ਜਾਂ ਚਿੱਟਾ ਤੇਲਾ ਪਾ ਕਹੀ ਦੀ ਤਾਂ ਉਹਦਾ ਕਾਫੀ ਸਾਰਾ ਹਮਲਾ ਹੋ ਰਿਹਾ ਕਿਉਂਕਿ ਇਸ ਤੋਂ ਬਾਅਦ ਜਿਹੜੀ ਫਸਲ ਆ ਉਹ ਵੀ ਪਕਾਵਾਲ ਨੂੰ ਜਾ ਰਹੀ ਹੈ ਤੇ ਹਮਲਾ ਵੀ ਵਧ ਰਿਹਾ ਹੈ ਸੋ ਇਸ ਕਰਕੇ ਜੇ ਕਿਸਾਨ ਵੀਰਾਂ ਨੂੰ ਬੇਨਤੀ ਆ ਕਿ ਜਿਹੜੀ ਵੈਦਰ ਰਿਪੋਰਟ ਉਹ ਦੇਖ ਕੇ ਜਾਂ ਆਪਾਂ ਉਹ ਵੀ ਅੰਦਾਜ਼ਾ ਲਾ ਲੈਨੇ ਕਿ ਅੱਜ ਪੈਣਾ ਜਾਂ ਨਹੀਂ ਪੈਣਾ ਵੀ ਕੁਝ ਕੁ ਘੰਟਿਆਂ ਤੱਕ ਦਾ ਆਪਣਾ ਅਨੁਮਾਨ ਆਪਾਂ ਨੂੰ ਦੇਖ ਕੇ ਜਿਹੜੇ ਬੀਬੀ ਰਾਹਾਂ ਤੇ ਯਰਬਾ ਕੋ ਉਸ ਕਹਾਤੇ ਤੱਕ ਦੱਸ ਸਕਦੇ ਹੈਗੇ ਕਿ ਹਜੇ ਇੱਕ ਵਾਰੀ ਟਲ ਗਿਆ ਜਿਵੇਂ ਆਪਾਂ ਕਹਿੰਦੇ ਹੁੰਨੇ ਜਟੂ ਭਾਸ਼ਾ ਦੇ ਵਿੱਚ ਤਾਂ ਕਿਸਾਨ ਵੀਰੋਂ ਬੇਨਤੀ ਹੈ ਕਿ ਕੋਈ ਵਧੀਆ ਸਪਰੇ ਜੇਕਰ ਤੁਸੀਂ ਤੇਲੇ ਦੀ ਕਰਨੀ ਚਾਹੁੰਦੇ ਹੋ ਜੇਕਰ ਤੁਹਾਨੂੰ ਲੱਗਦਾ ਕਿ ਪੰਜ ਚਾਰ ਘੰਟੇ ਮੌਸਮ ਸਟੇਬਲ ਰਹਣਾਗਾ ਨਹੀਂ ਬਾਰਸ ਹੋਣ ਵਾਲੀ ਤਾਂ ਕੋਸ਼ਿਸ਼ ਕਰੋ ਕਿ ਮਮੀ ਦਾ ਮੌਸਮਾ ਜਿਹੜਾ ਉਹ ਜਾਣ ਦੀ ਵੇਟ ਕਰਨ ਦੀ ਬਜਾਏ ਤੁਸੀਂ ਸਪਰੇ ਕਰ ਸਕਦੇ ਹੋ ਕਿਉਂਕਿ ਸਪਰੇਅ ਕਰਨ ਦਾ ਇਹ ਫਾਇਦਾ ਹੋਣਾ ਕਿ ਸਾਨੂੰ ਵੀਰ ਉਹਨੇ ਕੰਮ ਕਰ ਜਾਣਾ ਜੇਕਰ 2 ਘੰਟੇ ਵੀ ਲੱਗ ਗਏ ਸਪਰੇਅ ਕਰੀ ਨੂੰ ਆਪਣੀ ਨੂੰ ਉਸ ਤੋਂ ਬਾਅਦ بارش ਹੁੰਦੀ ਵੀ ਆ ਤਾਂ ਉਹਨੇ ਆਪਣਾ ਕੰਮ ਉਹਨਾ ਕਰ ਲੈਣਾ ਸੋ ਇਸ ਕਰਕੇ ਉਹ ਕੰਟਰੋਲ ਹੋ ਜਾਣਾ ਇਸ ਇਤਨੇ ਨੂੰ ਇੰਨੇ ਕ ਟਾਈਮ ਨੂੰ ਆਪਣੀ ਫਸਲਾਂ ਜਿਹੜੀ ਉਹ ਪਕਾਵਲ ਚਲੀ ਜਾਓ ਸੋ ਇਨੀ ਬੇਨਤੀ ਇਹ ਕਰਨੀ ਸੀ ਕਿ ਜਿਹੜਾ ਮੌਸਮਾ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਥੋੜਾ ਜਿਹਾ ਖਰਾਬ ਰਹਿੰਦਾ ਹਨ ਮਾਨੀਆਂ 2-3 ਦਿਨ ਤਾਂ ਅੱਗੇ ਦਿਖਾਈ ਰਿਹਾ ਬਾਕੀ ਜਿਹੜੀ ਇਹਦੀ ਸਤੰਬਰ 15 ਸਤੰਬਰ ਤੋਂ ਜਿਹੜਾ ਬਾਅਦ ਮੌਸਮ ਖਰਾਬ ਹੁੰਦਾ ਹੁੰਦਾਗਾ ਤਾਂ ਉਹ ਕਿਸਾਨ ਵੀਰੋਂ ਕਈ ਵਾਰੀ ਉਹਦੀ ਕੋਈ ਲੰਬਾ ਵੀ ਚੱਲਿਆ ਜਾਂਦਾ ਕਿਉਂਕਿ ਹਰ ਸਾਲ ਹੀ ਕ੍ਰੈਸ਼ ਹੁੰਦੀ ਹੈ ਇਹ ਚੀਜ਼ ਆ ਕੇ ਸੋ ਇਸ ਕਰਕੇ ਹੌਪਰ ਦਾ ਜਿਹੜਾ ਕੰਟਰੋਲ ਆ ਉਹ ਆਪਾਂ ਜਿਕਰ 5-4 ਘੰਟੇ ਮਤਲਬ ਆਪਾਂ ਨੂੰ ਸਕਿਪ ਕਰਦਾਗਾ ਮੌ ਪਿਛਲੇ ਟਾਈਮ ਪਰ ਜੇਕਰ ਇਹ ਵੀ ਗੁਰਿਆਨ ਰੱਖਣਾ ਜੇਕਰ ਫਲਾਵਰਿੰਗ ਚੱਲ ਰਹੀ ਆ ਬਦਲਵਾਈ ਆ ਫਲਾਵਰਿੰਗ ਟਾਈਮ ਦੇ ਉੱਤੇ ਆਪਾਂ ਸਪਰੇਅ ਆ ਜਿਹੜੀ ਉਹ ਕਰਨ ਤੋਂ ਮਤਲਬ ਬਚੀਏ ਜੇਕਰ ਧੁੱਪ ਨਿਕਲੀ ਆ ਤਾਂ ਆਪਣੀ ਧੁੱਪ ਦੇ ਵਿੱਚ ਇਹ ਫਲਾਵਰਿੰਗ ਜਿਹੜੀ 1-2 ਕਬਜ ਤੋਂ ਬਾਅਦ ਇਹਨੇ ਖਤਮ ਹੋ ਜਾਣਾ ਹੁੰਦਾ ਪਰ ਜੇਕਰ ਬਦਲਵਾਈ ਆ ਤਾਂ ਤੁਸੀਂ ਇੱਕ ਚੀਜ਼ ਹੋਰ ਨੋਟ ਕਰੋ ਕਿਸਾਨ ਵੀਰੋ ਖੇਤ ਦੇ ਵਿੱਚ ਜਾ ਕੇ ਦੇਖੋ ਜਦੋਂ ਬਦਲਵਾਈ ਆ ਜਿਹੜੀ ਆਪਣੀ ਫਲਾਵਰਿੰਗ ਟਾਈਮ ਦੇ ਉੱਤੇ ਫਸਲ ਆ ਗਈ ਉਹਨੇ ਲਗਭਗ ਇਹ ਚੀਜ਼ ਲਗਭਗ ਸਾਰਾ ਦਿਨ ਹੀ ਚੱਲਦੀ ਰਹਿੰਦੀ ਹੈ ਸੋ ਇਹ ਚੀਜ਼ ਵੀ ਆਪਾਂ ਇੱਕ ਦੇਖਣ ਵਾਲੀ ਆ ਕਿ ਮੌਸਮ ਜਰੂਰੀ ਨਹੀਂ ਕਿ 11 ਇਹ ਮੌਸਮ ਤੇ ਵੀ ਡਿਪੈਂਡ ਕਰਦੀ ਨੇ ਚੀਜ਼ਾਂ ਸੋ ਇੱਕ ਦੋ ਗੱਲਾਂ ਸੀਆਂ ਜਿਹੜੀਆਂ ਆਪਣੇ ਧਿਆਨ ਚਾਹੀਆਂ ਸੋਚਿਆ ਕਿਸਾਨ ਵੀਰਾਂ ਦੇ ਨਾਲ ਸਾਂਝੀਆਂ ਕਰ ਲਈ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਹੋਰ ਕਿਸਾਨ ਗਰੁੱਪਾਂ ਦੇ ਵਿੱਚ ਸ਼ੇਅਰ ਕਰ ਸਕਦੇ